ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੋਸਟੂਲੇਟਸ ਕੀ ਹੁੰਦੇ ਨੇ ਪੋਸਟੂਲੇਟਸ ਮੀਨਸ ਆਧਾਰ ਤੱਤ ਸਾਰੀਆਂ ਤੰਤਰ ਜਾਂ ਪ੍ਰਣਾਲੀਆਂ ਮੀਨ ਜਿਹੜਾ ਸਾਰਾ ਸਿਸਟਮ ਹੈ ਇਹਦੇ ਆਪਣੇ ਵੱਖ-ਵੱਖ ਆਧਾਰ ਹੁੰਦੇ ਨੇ ਪੋਸਟੂਲੇਟਸ ਹੁੰਦੇ ਨੇ ਅਸੀਂ ਕਿਸੇ ਵੀ ਸਿਸਟਮ ਦੀ ਗੱਲ ਕਰੀਏ ਸੁਪੋਜ਼ ਕਰ ਅਸੀਂ ਆਪਣੇ ਜਿਹੜਾ ਸਾਡਾ ਫਿਜ਼ੀਕਲ ਸਿਸਟਮ ਹੈ ਇੰਟਰਨਲ ਉਹਦੀ ਗੱਲ ਕਰਦੇ ਹਾਂ ਤਾਂ ਉਹਦੇ ਵੀ ਵੱਖ-ਵੱਖ ਪੋਸਟੂਲੇਟਸ ਨੇ ਹੁਣ ਇਸੇ ਤਰੀਕੇ ਨਾਲ ਇਹ ਮੈਥਸ ਦੇ ਵਿੱਚ ਨੇ ਅਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਸਬੂਤ ਦੇ ਸਵੀਕਾਰ ਕਰਕੇ ਅੱਗੇ ਵਧਾਇਆ ਜਾਂਦਾ ਹੈ ਮੀਨਜ਼ ਕੋਈ ਪ੍ਰੂਫ ਦੀ ਜ਼ਰੂਰਤ ਨਹੀਂ ਪੈਂਦੀ ਅਸੀਂ ਉਹਨਾਂ ਨੂੰ ਅੱਗੇ ਕੰਟੀਨਿਊ ਕਰ ਸਕਦੇ ਹਾਂ ਜੇਕਰ ਅਸੀਂ ਕਿਸੇ ਥਿਊਰਮ ਨੂੰ ਪਰਿਭਾਸ਼ਿਤ ਕਰਨਾ ਡਿਫਾਈਨ ਕਰਨਾ ਹੈ ਤਾਂ ਉਹਦਾ ਜਿਹੜਾ ਪ੍ਰਮਾਣ ਹੈ ਪਹਿਲਾਂ ਹੀ ਸਿੱਧ ਕੀਤੇ ਹੋਏ ਥਿਊਰਮਾਂ ਦੇ ਸਰੂਪ ਸਿੱਧ ਹੋਵੇਗਾ ਮੀਨਜ਼ ਜੇ ਅਸੀਂ ਕੋਈ ਥਿਊਰਮ ਨੂੰ ਡਿਫਾਈਨ ਕਰਨਾ ਹੈ ਤਾਂ ਉਹਦਾ ਪ੍ਰਮਾਣ ਪ੍ਰਮਾਣ ਮੀਨ ਜਿਹੜਾ ਸਬੂਤ ਕਿਹੜਾ ਹੋਵੇਗਾ ਜਿਹੜਾ ਪਹਿਲਾਂ ਹੀ ਸਿੱਧ ਕੀਤੇ ਹੋਏ ਜਿਹੜੇ ਥਿਊਰਮ ਹਨ ਇਹਨਾਂ ਦਾ ਸਰੂਪ ਸਿੱਧ ਹੋਏਗਾ ਕਿਸੇ ਵੀ ਥਿਊਰਮ ਦਾ ਜਿਹੜਾ ਪ੍ਰਣਾਮ ਹੈ ਉਹ ਸਿੱਧ ਕਰਨ ਦੇ ਲਈ ਅਸੀਂ ਉਹਨਾਂ ਥਿਊਰਮਾਂ ਨੂੰ ਦਿਖਾਵਾਂਗੇ ਜਿਨ੍ਹਾਂ ਦੇ ਉੱਪਰ ਉਹ ਥਿਊਰਮ ਬੇਸਡ ਹੈ ਅਸੀਂ ਵੈਸੇ ਨਹੀਂ ਕਹਿੰਦੇ ਕਿ ਤੁਸੀਂ ਇਸ ਥਿਊਰਮ ਨੂੰ ਹੱਲ ਕਰੋ ਅਸੀਂ ਜਿਹੜੀ ਕੋਈ ਵੀ ਥਿਊਰਮ ਹੈ ਹੱਲ ਕਰਨ ਲਈ ਦੇਵਾਂਗੇ ਤਾਂ ਪਹਿਲਾਂ ਅਸੀਂ ਦਿਖਾਵਾਂਗੇ ਜਿਹੜੀ ਥਿਊਰਮ ਦੇ ਉੱਪਰ ਉਹ ਥਿਊਰਮ ਬੇਸਡ ਹੋਏਗੀ ਅਤੇ ਇਸ ਤਰ੍ਹਾਂ ਅਸੀਂ ਪਿੱਛੇ ਵੱਲ ਚੱਲਦੇ ਜਾਵਾਂਗੇ ਤੇ ਅੰਤ ਵਿੱਚ ਅਸੀਂ ਜਿਹੜੀ ਪਹਿਲੀ ਥਿਊਰਮ ਹੈ ਉਹਦੇ ਤੇ ਪਹੁੰਚ ਜਾਵਾਂਗੇ ਇਸੇ ਉਹ ਜਿਹੜੀ ਪਹਿਲੀ ਥਿਊਰਮ ਆ ਉਹਨੂੰ ਸਾਬਿਤ ਕਰਨ ਦੇ ਲਈ ਉਹਨੂੰ ਸਿੱਧ ਕਰਨ ਦੇ ਲਈ ਸਾਡੇ ਕੋਲ ਕੋਈ ਦੂਸਰਾ ਜਿਹੜਾ ਪ੍ਰਮਾਣਿਤ ਥਿਊਰਮ ਹੋ ਨਹੀਂ ਹੋਵੇਗਾ ਇਸ ਲਈ ਜਿਹੜੀ ਪਹਿਲੀ ਥਿਊਰਮ ਆ ਉਹਨੂੰ ਸਿੱਧ ਕਰਨ ਦੇ ਲਈ ਸਾਨੂੰ ਕੁਝ ਕਥਨਾਂ ਨੂੰ ਬਿਨਾਂ ਕਿਸੇ ਪ੍ਰੂਫ ਦੇ ਬਿਨਾਂ ਕਿਸੇ ਪਰਮਾਨ ਦੇ ਅਕਸੈਪਟ ਕਰਨਾ ਪੈਂਦਾ ਜਿਵੇਂ ਕਿ ਜਿਹੜੀ ਜ਼ੀਰੋ ਇੱਕ ਸੰਖਿਆ ਹੈ ਦੋ ਸੰਖਿਆਵਾਂ ਜਿਨ੍ਹਾਂ ਦਾ ਪੂਰਵ ਜਾਂ ਉਤਰਾਧਿਕਾਰੀ ਇੱਕ ਹੀ ਹੋਵੇ ਉਹ ਸਮਰੂਪ ਹੁੰਦੀਆਂ ਨੇ ਸਮਰੂਪ ਮੀਨਸ ਇੱਕੋ ਜਿਹੀਆਂ ਹੁੰਦੀਆਂ ਹਨ ਹਣਸੀ ਗੱਲ ਕਰਾਂਗੇ ਇੱਕੋ ਜਿਹਾ ਇੱਕੋ ਜਿਹਾ ਮੀਨਸ ਆਈਡੈਂਟੀਕਲ ਕਿਸੇ ਵੀ ਤੰਤਰ ਜਾਂ ਪ੍ਰਣਾਲੀ ਦੇ ਜਿਹੜੇ ਆਰੰਭਿਕ ਕਥਨ ਹੁੰਦੇ ਨੇ ਮੀਨ ਜਿਹੜੀਆਂ ਸਟਾਰਟਿੰਗ ਸਟੇਟਮੈਂਟਸ ਹੁੰਦੀਆਂ ਨੇ ਜਿਨ੍ਹਾਂ ਦੀ ਜਿਹੜੀ ਸਚਾਈ ਹੈ ਉਹ ਪ੍ਰਣਾਲੀ ਦੇ ਅੰਤਰਗਤ ਸਿਸਟਮ ਦੇ ਅੰਤਰਗਤ ਬਿਨਾਂ ਕਿਸੇ ਪਰਮਾਨ ਦੇ ਸਵੀਕਾਰ ਕਰ ਲਈ ਜਾਵੇ ਉਹ ਸੁਤੰਤਰ ਜਾਂ ਪ੍ਰਣਾਲੀ ਦਾ ਆਧਾਰ ਤੱਤ ਖਾਉਂਦੇ ਨੇ ਆਧਾਰ ਤੱਤ ਮੀਨਸ ਪੋਸੂਲੇਟਸ ਖਾਉਂਦੇ ਨੇ ਜਿਨ੍ਹਾਂ ਨੂੰ ਬਿਨਾਂ ਕਿਸੇ ਅਸੀਂ ਪਰੂਫ ਦੇ ਅਕਸੈਪਟ ਕਰ ਲਈਏ ਉਹ ਉਸ ਸਿਸਟਮ ਦੇ ਕੀ ਹੁੰਦੇ ਨੇ ਪੋਸਟੂਲੇਟਸ ਹੁਣ ਹਰੇਕ ਪ੍ਰਣਾਲੀ ਦੇ ਆਧਾਰ ਤੱਤ ਉਸੇ ਪ੍ਰਣਾਲੀ ਦੇ ਅਨੁਰੂਪ ਹੁੰਦੇ ਹਨ ਕਿਸੇ ਵੀ ਪ੍ਰਣਾਲੀ ਵਿੱਚ ਥਿਊਰਮਾ ਆਤੀ ਜਿਹੜੇ ਕੋਸ਼ਿਸ਼ਿਤ ਕਥਨ ਹੁੰਦੇ ਨੇ ਕੋਈ ਪ੍ਰੋਪੋਜੀਸ਼ਨਸ ਹੁੰਦੀਆਂ ਨੇ ਦੀ ਸਚਾਈ ਸਿੱਧ ਕਰਨ ਦੇ ਲਈ ਆਧਾਰ ਤੱਤਾਂ ਦਾ ਸਹਾਰਾ ਲਿਆ ਜਾਂਦਾ ਮੀਨ ਜਿਹੜੇ ਪੋਸਟੂਲੇਟਸ ਨੇ ਅਸੀਂ ਉਹਨਾਂ ਦੀ ਹੈਲਪ ਲੈ ਕੇ ਹੀ ਜਿਹੜਾ ਅੱਗੋਂ ਮੈਥ ਮੈਥਮੈਟਿਕਸ ਦੇ ਵਿੱਚ ਕੰਮ ਕਰਦੇ ਆਂ ਅਰਥਾਤ ਤਾਣੀ ਜਿਹੜੀ ਚੋਣ ਹੈ ਗਣਿਤਕਾਰਾਂ ਦੁਆਰਾ ਸੁਤੰਤਰ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਹੁਣ ਜਿਹੜੇ ਪੋਸਟੂਲੇਟਸ ਨੇ ਉਹਨਾਂ ਨੂੰ ਸਵੈ ਸਿੱਧ ਸਮੇਂ ਸਵੈ ਸਿੱਧ ਸਮੇਂ ਮੀਨ ਜੇ ਜਦੋਂ ਅਸੀਂ ਉਹਨਾਂ ਨੂੰ ਪ੍ਰੂਫ ਕਰਨਾ ਹੈ ਐਸਟੈਬਲਿਸ਼ਡ ਟਰੂਥ ਦੇ ਰੂਪ ਦੇ ਵਿੱਚ ਸਮਝਣਾ ਇੱਕ ਗਲਤੀ ਹੈ ਕਿਉਂਕਿ ਜਿਹੜੇ ਪੋਸਟੂਲੇਰਸ ਨੇ ਉਹਨਾਂ ਦਾ ਸਵੈ ਸਿੱਧ ਸੱਚਾ ਹੋਣਾ ਜ਼ਰੂਰੀ ਨਹੀਂ ਹੈ ਨੈਕਸਟ ਹੈ ਜੀਓਮੈਟਰੀ ਜੀਓਮੈਟਰੀ ਦੇ ਨਾਲ ਸੰਬੰਧਿਤ ਵੀ ਨੇ ਜਿਹੜੇ ਪੋਸਿਟੂਲੇਟਸ ਨੇ ਹੁਣ ਦੋ ਪਿੰਨ ਜਾਂ ਬਿੰਦੂ ਨੇ ਜਿਹੜੇ ਕੋਈ ਪੁਆਇੰਟਸ ਕਹਿ ਲਈਏ ਅਦੁੱਤੀ ਹੁੰਦਾ ਯੂਨਿਕ ਰੂਪ ਨਾਲ ਇੱਕ ਜਿਹੜੀ ਲਾਈਨ ਉਹ ਨਿਸ਼ਚਿਤ ਕਰਦੇ ਨੇ ਹਰੇਕ ਤਲ ਦੇ ਵਿੱਚ ਜਿਹੜਾ ਘੱਟ ਤੋਂ ਘੱਟ ਤਿੰਨ ਅਸਮ ਰੇਖੀ ਬਿੰਦੂ ਨਾਨ ਕੋਲੀਨিয়ার ਜਿਹੜੇ ਪੁਆਇੰਟਸ ਨੇ ਉਹ ਹੁੰਦੇ ਨੇ ਫਿਰ ਕਿਸੇ ਰੇਖਾ ਦੇ ਬਾਹਰ ਦਿੱਤੇ ਗਏ ਬਿੰਦੂ ਤੋਂ ਉਸ ਰੇਖਾ ਦੇ ਸਮਾਨੰਤਰ ਕੇਵਲ ਇੱਕ ਹੀ ਜਿਹੜੀ ਰੇਖਾ ਉਹ ਖਿੱਚੀ ਜਾ ਸਕਦੀ ਹੈ ਮੀਨ ਜਿਹੜੇ ਪੋਸਟੂਲੇਟਸ ਨੇ ਉਹ ਜੀਓਮੈਟਰੀ ਦੇ ਵਿੱਚ ਵੀ ਵਰਤੇ ਜਾਂਦੇ ਨੇ ਨੈਕਸਟ ਹੈ ਯੂਕਲਿਡ ਦੇ ਦੁਆਰਾ ਜਿਹੜੇ ਐਲੀਮੈਂਟਸ ਨੇ ਉਹਦੇ ਵਿੱਚ ਵੀ ਕੁਝ ਜਿਹੜੇ ਪੋਸਟੂਲੇਟਸ ਨੇ ਉਹ ਦਿੱਤੇ ਗਏ ਨੇ ਜਿਵੇਂ ਕਿ ਪਹਿਲਾ ਹੈ ਕਿਸੇ ਇੱਕ ਬਿੰਦੂ ਤੋਂ ਲੈ ਕੇ ਦੂਸਰੇ ਬਿੰਦੂ ਤੱਕ ਇੱਕ ਜਿਹੜੀ ਸਰਲ ਰੇਖਾ ਖਿੱਚੀ ਜਾ ਸਕਦੀ ਹੈ ਮੀਨ ਸਾਡੇ ਕੋਲ ਦੋ ਬਿੰਦੂ ਨੇ ਹੁਣ ਇਹਨਾਂ ਦੇ ਹੁਣ ਇੱਕ ਬਿੰਦੂ ਤੋਂ ਲੈ ਕੇ ਅਸੀਂ ਦੂਸਰੇ ਬਿੰਦੂ ਤੱਕ ਜਾਣਾ ਤਾਂ ਅਸੀਂ ਇਹਨੂੰ ਕੀ ਕਹਾਂਗੇ ਇੱਕ ਸਰਲ ਰੇਖਾ ਹੈ ਫਿਰ ਇੱਕ ਜਿਹੜੀ ਸਰਲ ਰੇਖਾ ਹੈ ਮੀਨ ਜਿਹੜੀ ਕਿ ਸਿੰਪਲ ਲਾਈਨ ਆ ਉਹ ਅਸੀਮਤ ਸੀਮਾ ਤੱਕ ਵਧਾਇਆ ਜਾ ਸਕਦਾ ਹੈ ਮੀਨ ਜੇ ਅਸੀਂ ਇਹਨੂੰ ਹੋਰ ਵੀ ਅੱਗੋਂ ਜਿਹੜਾ ਲੰਬਾ ਉਹ ਲੈ ਕੇ ਜਾ ਸਕਦੇ ਹਾਂ ਕੇਂਦਰ ਬਿੰਦੂ ਤੋਂ ਕੋਈ ਵੀ ਅਰਧ ਵਿਆਸ ਲੈ ਕੇ ਇੱਕ ਜਿਹੜੀ ਵਿਰਤ ਰੇਖਾ ਹੋ ਖਿੱਚੀ ਜਾ ਸਕਦੀ ਹੈ ਮੀਨ ਜੇ ਜਦੋਂ ਜਿਹੜਾ ਸੈਂਟਰ ਪੁਆਇੰਟ ਹੈ ਉਹਦੇ ਤੋਂ ਅਰਧ ਵਿਆਸ ਲੈ ਕੇ ਕੋਈ ਵੀ ਜਿਹੜੀ ਇੱਕ ਵਿਰਤ ਰੇਖਾ ਹੋ ਅਸੀਂ ਖਿੱਚ ਸਕਦੇ ਹਾਂ ਜਿਹੜੇ ਸਮਕੋਣ ਨੇ ਆਪਸ ਦੇ ਵਿੱਚ ਬਰਾਬਰ ਹੁੰਦੇ ਨੇ ਜੇਕਰ ਕਿਸੇ ਦੋ ਸਰਲ ਰੇਖਾਵਾਂ ਨੂੰ ਇੱਕ ਸਰਲ ਰੇਖਾ ਕੱਟੇ ਅਤੇ ਇਸ ਪ੍ਰਕਾਰ ਬਣਨ ਵਾਲੇ ਜਿਹੜੇ ਅੰਤ੍ਰਿਕ ਕੋਣਾਂ ਦਾ ਜੋੜ ਹੈ ਉਹ ਦੋ ਸਮਕੋਣ ਤੋਂ ਘੱਟ ਹੋਵੇ ਤਾਂ ਜਿਹੜੀਆਂ ਰੇਖਾਵਾਂ ਵਧਾਉਣ ਤੇ ਉਸ ਦੀ ਦਿਸ਼ਾ ਵਿੱਚ ਮਿਲਣਗੀਆਂ ਕਿਹੜੀ ਦਿਸ਼ਾ ਦੇ ਵਿੱਚ ਜਿੱਧਰ ਬਣਨ ਵਾਲੇ ਦੋ ਅੰਤ੍ਰਿਕ ਕੋਣਾਂ ਦਾ ਜਿਹੜਾ ਜੋੜ ਹੈ ਉਹ ਸਮਕੋਣ ਤੋਂ ਘੱਟ ਹੁੰਦਾ ਹੈ ਹੁਣ ਹੈ ਪੋਸੂਲੇਟਸ ਕਿਹੜੇ-ਕਿਹੜੇ ਪੋਸਟੂਲੇਟਸ ਨੇ ਪਹਿਲਾ ਹੈ ਕਿਸੇ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਇੱਕ ਸਰਲ ਰੇਖਾ ਖਿੱਚੀ ਜਾ ਸਕਦੀ ਹੈ ਹੁਣ ਬਿੰਦੂ ਸਾਡੇ ਕੋਲ ਕੀ ਸੀ ਪੀ ਤੇ ਕਿਊ ਹੁਣ ਪੀ ਤੇ ਕਿਊ ਨੂੰ ਅਸੀਂ ਨੇ ਮਿਲਾਤਾ ਹੁਣ ਇਹ ਪੀ ਅਤੇ ਕਿਊ ਤੋਂ ਕੇਵਲ ਇੱਕ ਜਿਹੜੀ ਰੇਖਾ ਹੈ ਉਹ ਕਿਹੜੀ ਹੈ ਉਹ ਪੀ ਤੇ ਕਿਊ ਗੁਜ਼ਰਦੀ ਹੈ ਹੁਣ ਇਸ ਜਿਹੜੀ ਲਾਈਨ ਖਿੱਚੀਏ ਉਹਨੂੰ ਅਸੀਂ ਕੀ ਕਹਾਂਗੇ ਪੀ ਅਤੇ ਕਿਊ ਫਿਰ ਇਹ ਦੂਸਰਾ ਪੋਸਟੂਲੇਟ ਇੱਕ ਸਰਲ ਰੇਖਾ ਨੂੰ ਅਸੀਮਤ ਸੀਮਾ ਤੱਕ ਵਧਾਇਆ ਜਾ ਸਕਦਾ ਹੈ ਹੁਣ ਤੁਸੀਂ ਇੱਥੇ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ ਕਿ A ਤੇ B ਹੁਣ ਦੋ ਬਿੰਦੂਆਂ ਨੂੰ ਅਸੀਂ ਮਿਲਾਉਣ ਵਾਸਤੇ ਇੱਕ ਜਿਹੜੀ ਰੇਖਾ ਹੈ ਉਹ ਖਿੱਚੀ ਹੈ ਲਾਈਨ ਖਿੱਚੀ ਹੈ ਅਸੀਂ ਇਹਨੂੰ ਇੱਧਰ ਵੀ ਵਧਾ ਸਕਦੇ ਹਾਂ ਤੇ ਅਸੀਂ ਇਹਨੂੰ ਇੱਧਰ ਵੀ ਵਧਾ ਸਕਦੇ ਹਾਂ ਦੋਨੇ ਪਾਸੇ ਹੁਣ ਯੂਕਲਿਡ ਨੇ ਕੀ ਕਿਹਾ ਇਹਨੂੰ ਸਰਲ ਰੇਖਾ ਕਿਹਾ ਸੀ ਜਿਸ ਨੂੰ ਅੱਜਕੱਲ੍ਹ ਰੇਖਾਖੰਡ ਕਿਹਾ ਜਾਂਦਾ ਹੈ ਇਸ ਲਈ ਜਿਹੜਾ ਦੂਸਰਾ ਆਧਾਰ ਤੱਤ ਹੈ ਉਹ ਕੀ ਕਹਿੰਦਾ ਹੈ ਕਿ ਇੱਕ ਰੇਖਾ ਖੰਡ ਨੂੰ ਕਿਸੇ ਵੀ ਪਾਸੇ ਖਿੱਚਿਆ ਜਾ ਸਕਦਾ ਹੈ ਤਾਂ ਜੋ ਜਿਹੜੀ ਰੇਖਾ ਹੈ ਮੀਨ ਜਿਹੜੀ ਲਾਈਨ ਹੈ ਉਹ ਬਣ ਸਕੇ ਤੀਸਰਾ ਪੋਸਟੂਲੇਟ ਹੈ ਕੇਂਦਰ ਬਿੰਦੂ ਤੋਂ ਕੋਈ ਵੀ ਅਰਧ ਵਿਆਸ ਲੈ ਕੇ ਇੱਕ ਜਿਹੜਾ ਵਿਰਤ ਹੈ ਉਹ ਖਿੱਚਿਆ ਜਾ ਸਕਦਾ ਹੈ ਮੀਨ ਜਿਹੜਾ ਸਾਡੇ ਕੋਲ ਸੈਂਟਰ ਪੁਆਇੰਟ ਹੁੰਦਾ ਉਹਦੇ ਤੋਂ ਅਸੀਂ ਕੋਈ ਵੀ ਅਰਧ ਵਿਆਸ ਲੈ ਕੇ ਇੱਕ ਜਿਹੜਾ ਵਿਰਤ ਹੈ ਉਹ ਖਿੱਚ ਲਵਾਂਗੇ ਚੌਥਾ ਪੋਸਟੂਲੇਟ ਹੈ ਸਮਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਨੇ ਮੀਨ ਜਿਹੜੇ ਸਮਕੋਣ ਨੇ ਉਹ ਆਪਸ ਦੇ ਵਿੱਚ ਬਿਲਕੁਲ ਇਕੁਅਲ ਹੁੰਦੇ ਨੇ ਫਿਰ ਜਿਹੜਾ ਪੋਸਟੂਲੇਟ 5 ਹੈ ਇਹਦੇ ਵਿੱਚ ਹੈ ਜੇਕਰ ਕਿਸੇ ਦੋ ਸਰਲ ਰੇਖਾਵਾਂ ਨੂੰ ਇੱਕ ਸਰਲ ਰੇਖਾ ਕੱਟੇ ਅਤੇ ਇਸ ਪ੍ਰਕਾਰ ਬਣਨ ਵਾਲੇ ਜਿਹੜੇ ਅੰਤ੍ਰਿਕ ਕੋਣ ਨੇ ਹੁਣ ਜਦੋਂ ਜਿਹੜੀਆਂ ਦੋ ਰੇਖਾਵਾਂ ਨੇ ਆਪਸ ਵਿੱਚ ਇੱਕ ਦੂਸਰੇ ਨੂੰ ਕੱਟਣ ਗਈਆਂ ਤਾਂ ਉਹਨਾਂ ਦਾ ਜਿਹੜਾ ਜੋੜ ਹੈ ਅੰਤ੍ਰਿਕ ਕੋਣਾਂ ਦਾ ਜੋੜ ਆ ਉਹ ਦੋ ਸਮਕੋਣਾਂ ਤੋਂ ਘੱਟ ਹੋਵੇ ਤਾਂ ਰੇਖਾਵਾਂ ਬਧਾਉਣ ਤੇ ਉਹ ਉਸ ਦਿਸ਼ਾ ਵਿੱਚ ਮਿਲਣਗੀਆਂ ਮੀਨਜ਼ ਉਸ ਦਿਸ਼ਾ ਦੇ ਵਿੱਚ ਉਹ ਮੈਚ ਕਰਨਗੀਆਂ ਜਿੱਧਰ ਬਣਨ ਵਾਲੇ ਜਿਹੜੇ ਦੋ ਅੰਤਰੀਕ ਕੋਣਾਂ ਦਾ ਜੋੜ ਹੈ ਉਹ ਦੋ ਸਮਕੋਣਾਂ ਤੋਂ ਘੱਟ ਹੈ ਹੁਣ ਜਿਵੇਂ ਕਿ ਇੱਥੇ ਲਿਖਿਆ ਹੈ ਵੀ ਇੱਕ ਜਿਹੜੀ ਰੇਖਾ PQ ਹੈ P ਤੇ Q ਇੱਕ ਜਿਹੜੀ ਰੇਖਾ ਉਹ ਖਿੱਚੀ ਗਈ ਹੈ ਹੁਣ ਇਹ ਜਿਹੜੀ ਇਹ AB ਅਤੇ CD ਇਸ ਤਰ੍ਹਾਂ ਕੱਟਦੀ ਹੈ ਹਾਂ AB ਤੇ CD ਹੁਣ ਕਿਵੇਂ ਕੱਟਦੀ ਹੈ ਕਿ ਜਿਹੜੇ ਆੰਤਰੀਕ ਕੋਣ 1 ਅਤੇ 2 ਇਹਨਾਂ ਦਾ ਜੋੜ ਖੱਬੇ ਪਾਸੇ PQ 180 ਤੋਂ ਘੱਟ ਹੋਵੇ ਇਸ ਲਈ ਹੁਣ ਜਿਹੜੀਆਂ ਇਹ A ਤੇ B C ਤੇ D ਤੇ P ਤੇ Q ਦੇ ਖੱਬੇ ਪਾਸੇ ਇੱਕ ਦੂਸਰੇ ਨੂੰ ਕੱਟਣਗੀਆਂ ਹੁਣ ਜੇਕਰ ਅਸੀਂ ਇਨਾਂ ਪੋਸਟੂਲੇਟਸ ਦੇ ਆਧਾਰ ਤੇ ਕੋਈ ਵੀ ਸਟੱਡੀ ਕਰਾਂਗੇ ਤਾਂ ਅਸੀਂ ਇਹ ਸਾਡੇ ਕੋਲ ਆਉਂਦਾ ਹੈ ਕਿ ਜਿਹੜੇ ਪੋਸਟੂਲੇਟਸ ਨੇ ਮੀਨਸ ਪੰਜ ਨੇ ਬਾਕੀ ਚਾਰ ਤਤਾਂ ਦੇ ਜਿਹੜੇ ਆਧਾਰ ਨੇ ਉਹਨਾਂ ਤੋਂ ਜ਼ਿਆਦਾ ਜਟਿਲ ਨੇ ਜਿਹੜਾ ਇਹ ਵਾਲਾ 5 ਹੈ ਇਹ ਬਾਕੀ ਦੂਸਰੇ 4 ਦੇ ਨਾਲੋਂ ਕੰਪਲਿਕੇਟਡ ਹੈ ਜਰਕੇ ਜਿਹੜੇ ਦੂਸਰੇ ਪਾਸੇ ਪੋਸਟੂਲੇਟਸ ਨੇ 1 ਤੋਂ 4 ਬਹੁਤ ਹੀ ਬਿਲਕੁਲ ਮੀਨਸ ਕਲੀਅਰ ਕੱਟ ਨਹੀਂ ਸਾਨੂੰ ਸੌਖੇ ਵੀ ਨਹੀਂ ਤੇ ਡਾਇਰੈਕਟ ਨਹੀਂ ਇਸ ਲਈ ਅਸੀਂ ਉਹਨਾਂ ਨੂੰ ਜਿਹੜਾ ਸਵੈ ਸਿੱਧ ਸੱਚ ਹੈ ਉਹ ਮੰਨਾਂਗੇ ਹੁਣ ਅੱਜਕੱਲ ਜਿਹੜੇ ਹੈ ਸਵੈ ਸਿੱਧ ਧਾਰਨਾਵਾਂ ਨੇ ਜਾਂ ਜਿਹੜੇ ਆਧਾਰ ਤੱਤ ਨੇ ਉਹਨਾਂ ਨੂੰ ਆੰਤ੍ਰਿਕ ਪਰਵਰਤਨ ਯੋਗ ਗਰੁੱਪ ਦੇ ਨਾਲ ਵੀ ਪ੍ਰਯੋਗ ਕੀਤਾ ਜਾਂਦਾ ਹੈ ਜੇਕਰ ਅਸੀਂ ਕਿਸੇ ਵੀ ਕਥਨ ਨੂੰ ਜਾਂ ਕਿਸੇ ਵੀ ਸਟੇਟਮੈਂਟ ਨੂੰ ਸਰਵਵਿਆਪੀ ਮੀਨ ਯੂਨੀਵਰਸਲ ਰੂਪ ਨਾਲ ਅਸੈਪਟ ਕਰੀਏ ਤਾਂ ਉਹ ਉਸ ਕਥਨ ਦੀ ਜਿਹੜੀ ਵੈਧਤਾ ਹੈ ਮੀਨ ਦੋਦੀ ਜਿਹੜੀ ਵੈਲਿਡਿਟੀ ਹੈ ਉਹਨੂੰ ਅਸੀਂ ਬਾਅਦ ਦੇ ਵਿੱਚ ਸੱਚ ਸਿੱਧ ਕਰ ਦਈਏ ਤਾਂ ਉਹ ਜਿਹੜੇ ਇੰਪੋਸੀਬਿਲਿਟੀਜ਼ ਨੇ ਜਾਂ ਧਾਰਨਾਵਾਂ ਦੇ ਰੂਪ ਦੇ ਵਿੱਚ ਪ੍ਰਵਾਨ ਹੋ ਜਾਣਗੇ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ